ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਰੌਕ ਫਾਰਮੀ ਯੂਟਿਊਬ ਫੇਸਬੁੱਕ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਸੱਜਣਾਂ ਨੂੰ ਇੱਕ ਵਾਰ ਫਿਰ ਖੁਸ਼ਾਮਦੀਦ ਕਹਿੰਦੇ ਹਾਂ ਜੀ। ਚੌਕ ਆਜ਼ਮ ਦੇ ਕੈਟਲ ਮਾਰਕੀਟ ਬਰੋਜ਼ ਮੰਗਲ ਇਹ ਮੰਡੀ ਲੱਗਦੀ ਹੈ ਜੀ, ਜ਼ਿਲ੍ਹਾ ਲਈਆ ਜਨੂਬੀ ਪੰਜਾਬ, ਪਾਕਿਸਤਾਨ, MM ਰੋਡ, ਮੁਜ਼ੱਫਰਗੜ੍ਹ, ਮੀਆਂ ਵਾਲੀ ਮੇਨ ਰੋਡ ਹੈ ਜੀ, ਚੌਕ ਆਜ਼ਮ ਸਿਟੀ। 26 ਤਰੀਕ 2024 ਨਵੰਬਰ ਹੈ ਜੀ। ਸਰਦੀਆਂ ਦਾ ਸੀਜ਼ਨ ਸਟਾਰਟ ਹੈ ਜੀ ਮਾਸ਼ਾਅੱਲਾ। ਸ਼ਾਦੀਆਂ ਵਿਆਹਾਂ ਦਾ ਮਾਹੌਲ ਵੀ ਗਰਮ ਹੈ ਅਤੇ ਕੁਰਬਾਨੀ ਵਾਲੀ ਖਰੀਦਦਾਰੀ ਵੀ ਤੇਜ਼ ਹੈ। ਅੱਜ ਮੁਲਕੀ ਹਾਲਾਤ ਵਾਸਤੇ ਅੱਲਾਹ ਕੋਲੋਂ ਦੁਆ ਮੰਗਦੇ ਹਾਂ, ਅੱਲਾਹ ਪਾਕ ਖੈਰ ਖਰੀਅਤ ਨਾਲ ਸਾਡੇ ਮੁਲਕ ਦੀ ਹਿਫਾਜ਼ਤ ਕਰੇ ਅਤੇ ਜਿਹੜੇ ਮਸਲੇ ਮਸਾਇਲ ਨੇ ਉਹਨਾਂ ਨੂੰ ਦੂਰ ਕਰੇ ਪਏ। ਪੂਰਾ ਮੁਲਕ ਜਾਮ ਹੈ ਜਿਹਦੀ ਵਜ੍ਹਾ ਤੋਂ ਅੱਜ ਮੰਡੀ ਦੇ ਵਿੱਚ ਵੀ ਰਸ਼ ਘੱਟ ਨਜ਼ਰ ਆ ਰਿਹਾ। ਬਾਹਰ ਦੇ ਵਪਾਰੀ ਘੱਟ ਆਏ ਨੇ ਕਿਉਂਕਿ ਹਰ ਸਿਟੀ ਤਕਰੀਬਨ ਬੰਦ ਹੈ, ਜਿਹਦੀ ਵਜ੍ਹਾ ਕੋਲੋਂ ਅੱਜ ਮੰਡੀ ਦੇ ਵਿੱਚ ਵੀ ਰਸ਼ ਘੱਟ ਲੱਗ ਰਿਹਾ। ਜਾਨਵਰਾਂ ਦੀ ਸੇਲ ਰੁਕੀ ਹੋਈ ਹੈ। ਪੁੱਛਦੇ ਹਾਂ ਚਾਚੇ ਪੱਖਰ ਵਾਲੇ ਕੋਲੋਂ, ਬਿਸਮਿਲ੍ਲਾ ਕਰਦੇ ਹਾਂ। ਚਾਚਾ ਪੱਖਰ ਵਾਲਾ, ਝੋਟੇ ਦਾ ਕਿੰਨਾ ਮੁੱਲ ਮੰਗਿਆ ਬਈ? 2,30,000 ਰੁਪਈਆ ਮੁੱਲ ਮੰਗਿਆ। ਮਾਸ਼ਾਅੱਲਾ ਜੀ, ਖੀਰਾ ਝੋਟਾ ਹੈ ਦੁੰਦਾ? ਚੌਗਾ ਹੈ? ਚੌਗਾ ਬਈ, ਚੌਗਾ ਝੋਟਾ ਹੈ। 2,30,000 ਰੁਪਈਆ ਬਈ ਬਿਸਮਿਲ੍ਲਾ ਕਰਕੇ ਹਾਜੀ ਸਾਹਿਬ ਨੇ ਮੰਗਿਆ ਬਈ। ਦੂਸਰੇ ਨੰਬਰ ਵਾਲਾ ਝੋਟਾ ਵੀ ਦਿਖਾਉਂਦੇ ਪਏ ਮਾਸ਼ਾਅੱਲਾ ਜੀ, ਲਾਲ ਸਿਰ ਮਹਿੰਦੀ 'ਤੇ ਲਾ ਕੇ। ਵਾਹ ਜੀ ਵਾਹ, ਵਾਹ ਜੀ ਵਾਹ, ਮਾਸ਼ਾਅੱਲਾ ਜੀ। ਹਾਜੀ ਸਾਹਿਬ ਇਹਦਾ ਕਿੰਨਾ ਮੰਗਿਆ ਮੁੱਲ ਬਈ? 2,60,000 ਰੁਪਈਆ। 2,60,000 ਇਹ ਵੀ ਚੌਗਾ ਹੈ? ਚੌਗਾ ਬਈ, ਇਹ ਵੀ ਚੌਗਾ ਝੋਟਾ ਹੈ ਮਾਸ਼ਾਅੱਲਾ ਜੀ। 2,60,000 ਰੁਪਈਆ ਮੰਗਿਆ ਮੁੱਲ ਇਹਦਾ ਬਈ ਮਾਸ਼ਾਅੱਲਾ ਜੀ। ਚੌਗਾ ਚੈੱਕ ਕਰੋ ਬਈ, ਚੌਗਾ ਬਈ, ਚੌਗਾ ਚੌਗਾ ਝੋਟਾ ਮਾਸ਼ਾਅੱਲਾ ਜੀ। ਆਵਾਮ ਕੈਮਰੇ ਨੂੰ ਇੱਥੇ ਸਮਝਦੀ ਕੁਛ ਨਹੀਂ, ਸਵਾਬ ਦਾ ਕੰਮ ਸਮਝ ਕੇ ਅੱਗੇ ਲੰਘਦੀ ਹੈ। ਇਹਦੀ ਰੱਸੀ ਛੱਡ ਦਿੱਤੀ, ਇਹਦਾ ਕੋਈ ਪ੍ਰੋਗਰਾਮ ਨਹੀਂ ਵੇਚਣ ਦਾ। ਕਿਹਦਾ ਹੈ? ਆਪਣਾ ਹੀ ਹੈ, ਆਪਣਾ ਹੀ ਹੈ। ਇਹਦਾ ਬਾਬਾ ਕਿੰਨਾ ਮੁੱਲ ਹੈ? 2,30। ਇਹ ਤਾਂ ਉਹਦੇ ਨਾਲੋਂ ਛੋਟਾ ਲੱਗ ਰਿਹਾ ਹੈ। ਦੁੰਦਾ ਹੈ ਬਈ, ਦੁੰਦਾ ਹੈ ਬਈ, ਦੁੰਦਾ ਹੈ, ਇਹ ਦੁੰਦਾ ਹੈ। ਇਹ ਵੀ ਫਰਕ ਹੈ, ਦੁੰਦੇ ਦਾ ਖੀਰੇ ਦਾ ਵੱਖ ਵੱਖ ਮੁੱਲ ਹੁੰਦਾ ਬਈ। ਚੌਗੇ ਛਿੱਗੇ ਦਾ ਘੱਟ ਮੁੱਲ ਹੋਏਗਾ। ਲਓ ਸਰ ਅੱਗੇ ਚੱਲਦੇ ਹਾਂ, ਬਾਕੀ ਸੂਰਤ ਹਾਲ ਮੰਡੀ ਦੀ ਪੁੱਛਦੇ ਹਾਂ ਜੀ। ਇਹ ਵੀ ਇੱਕ ਦਾਣਾ ਹੈ, ਦੁੰਦਾ ਬਈ, ਦੁੰਦਾ ਕਿੰਨਾ ਮੁੱਲ ਮੰਗਿਆ? 2,50,000 ਤਾਂ ਸ਼ੁਗਰ ਲਾ ਰਿਹਾ ਬਈ। ਕਿੰਨਾ ਮੁੱਲ? 1,70,000 ਰੁਪਏ ਬਈ, 1,70,000 ਰੁਪਏ। ਇਹ ਝੋਟਾ ਆਪਣਾ ਜਸ਼ਨ ਜਿਹਾ ਮਨਾਈ ਖੜਾ ਬਈ ਮੰਡੀ ਦੇ ਵਿੱਚ, ਇਹ ਤਾਂ ਖੁੱਲ੍ਹਾ ਛੱਡਿਆ ਆ ਬਾਬੇ ਨੇ। ਹਾਂ ਬਾਬਾ, ਅੱਜ ਤਾਂ ਦੋ ਛੱਡ ਦਿੱਤੇ ਮਾਹੌਲ ਬਈ, ਮਾਹੌਲ ਅੱਜ ਦੋ ਝੋਟੀ ਦਵਾ ਦਾ ਵੀ ਬਸ ਸੀ ਵਜੇ ਝੋਟੀ ਦੀ। ਸ਼ੁਗਲ ਮੇਲਾ ਵੀ ਲੱਗਣ ਲੱਗਾ ਵੀ ਨਾਲ ਨਾਲ ਮੰਡੀ ਦੇ ਵਿੱਚ। ਲੱਗਦਾ ਬਈ ਸੌਦਾ ਹੋਣ ਲੱਗਾ ਮਾਸ਼ਾਅੱਲਾ। ਦੇਖਦੇ ਹਾਂ ਕੀ ਸੂਰਤ ਹਾਲ ਹੈ, ਕਿੰਨਾ ਮੁੱਲ ਮੰਗਿਆ ਅਤੇ ਕੀ ਫਾਈਨਲ ਲੱਗਦਾ ਜੀ ਰੇਟ। ਬਿਲਕੁਲ
ਕਿਹੜਾ ਬੁੱਲ ਮੰਗੇ? 61 ਦੇ ਦੇ ਬਾਬੇ ਨੂੰ, ਬਾਬਾ ਹੁਣ ਮੌਲੀਆ ਲਾ ਰਿਹਾ, ਦੇ ਦੇ ਫਿਰ ਦੇ 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 ਬਈ। ਕਿੰਨਾ ਗਿਆ ਏ? ਕਿੰਨਾ ਗਿਆ ਬਾਬਾ ਜੀ? ਖਰੀਦ ਕਰਨੀ ਹੈ? ਖਰੀਦ ਕਰਨੀ ਉਹ ਦੇ ਫਿਰ ਦੇ ਯਾਰ, 45 ਕਿਆ ਉਹ ਡੇਢ ਜੜਿਆ ਹੋਇਆ, 5000 ਪਰ ਵੜਿਆ ਹੋਇਆ, ਅਸੀਂ ਖਰੀਦ ਕਰਨੀ ਆ। ਓਏ ਲਾਲਾ, ਵਿੱਚ ਵਪਾਰੀ ਪੈ ਗਏ ਤੇ 2-2 ਹਜ਼ਾਰ ਉਹਨਾਂ ਨੇ ਖੇਚਲ ਜਾਣਾ। ਬਾਈ ਮੈਂ ਡਾਇਰੈਕਟ ਹੀ ਇਹਨੂੰ 2000 ਖੰਡ ਉੱਤੇ ਦੇ ਕੇ ਤਾਂ ਬਾ ਲੈ ਲਓ। ਉਹ ਗੱਲ ਸੁਣ, ਵਿੱਚ ਵਪਾਰੀ ਪੈ ਗਏ ਤੇ 2-2 ਹਜ਼ਾਰ ਜਾਂਦਾ ਰਹਿਣਾ ਹੋਰ। ਹਾਂ ਵੀ 1,60,000 ਮੰਗਿਆ, ਉਹਨਾਂ ਨੇ 1,45,000 ਲਾ ਤੇ ਖਰੀਦ ਦਾ ਕਰ ਗਏ, ਨਹੀਂ ਤੇ ਵਪਾਰੀ ਹੁੰਦਾ ਤੇ 1,30,000 ਲਾਉਣਾ ਸੀ। ਓਏ ਲਾਲੇ, ਦੇ ਦੇ ਜਾਂਦੀ ਕਰਾ। ਲਓ ਜੀ, ਸੌਦਾ ਹੋ ਗਿਆ, 1,46,000 ਰੁਪਏ ਦਾ ਸੌਦਾ ਫਾਈਨਲ ਹੋ ਗਿਆ। ਇਹ ਕੱਟੇ ਦਾ ਬਾਈ ਦਿੰਦਾ ਹੈ, ਖੀਰਾ ਹੈ ਦਿੰਦਾ ਬਈ ਦਿੰਦਾ, ਮਾਸ਼ਾ ਅੱਲਾਹ। 4 ਮਣ ਦਾ ਤਕਰੀਬਨ ਹੈ, ਵੇਚਣ ਵਾਲੇ ਵੀ ਖਰੀਦਣ ਵਾਲੇ ਵੀ ਸਾਰੇ ਵਿੱਚ ਆ ਗਏ ਜੀ, ਮਾਸ਼ਾ ਅੱਲਾਹ ਜੀ। ਫਤਿਹਪੁਰ ਚੌਕ ਆਦਮ ਦੀ ਮੰਡੀ ਦੀ ਅਪਡੇਟ ਹੈ ਜੀ। ਲੈ ਬਈ ਚਾਚਾ, ਆ ਗਏ ਤੇਰੇ ਕੋਲ। ਛੋਟਾ ਕਿਤਨੇ ਮੁੱਲ ਦਾ ਅੱਜ ਬਾਈ? ਉਧਰ ਦੇਖ, ਸੌਦਾ ਹੋ ਗਿਆ 1,50,000 ਦਾ। ਏਡੇ ਏਡੇ ਝੋਟੇ ਆ ਵੀ, ਏਡੇ ਏਡੇ ਝੋਟੇ ਆ। ਚੌਗਾ ਦਿੰਦਾ ਖੀਰਾ ਏ? ਆਮਾਨ ਖੀਰਾ ਬਈ 2-3। ਏਡੇ ਝੋਟਾ ਸੀ ਉਹਦਾ ਸੌਦਾ ਹੋਇਆ। ਚਲੋ ਬਈ, ਇਹ ਬਾਬੇ ਕੋ ਪੁੱਛਦੇ ਬਈ, ਬਾਬਾ ਇਵੇਂ ਰਿਖਾ ਇਕੱਠੇ ਦਾ ਮੂਰ ਏ, ਕਿੰਨਾ ਮੁੱਲ ਮੰਗਿਆ ਬਈ ਅੱਜ ਇਕੱਠੇ ਦਾ? ਐਂ ਗਾਨੀਆਂ ਪਾ ਕੇ ਹੈ। ਵਾਹ ਬਈ ਵਾਹ, ਵਾਹ ਬਈ ਵਾਹ, 2,95,000 ਰੁਪਇਆ। ਚੌਗਾ ਏ ਚੌਗਾ ਕੇ ਪੂਰਾ ਏ? ਚੌਗਾ ਝੋਟਾ ਏ, ਮਾਸ਼ਾਅੱਲਾ ਜੀ, ਚੌਗਾ ਝੋਟਾ। ਚੌਕ ਆਦਮ ਦੀ 2,95,000 ਰੁਪਇਆ। ਬਾਬਾ ਫਾਈਨਲ ਕਿੰਨੇ ਦਾ ਵੇਚਣਾ ਬਈ? ਉਹ ਆ ਗਿਆ ਜੀ ਵੱਡਾ ਬਦਮਾਸ਼, ਵੀ ਵੱਡਾ ਬਦਮਾਸ਼, ਇਹਦੇ ਕੋਲੋਂ ਵੱਡਾ ਬਦਮਾਸ਼ ਆ ਗਿਆ ਬਈ। 2,75,000 ਦਾ ਫਾਈਨਲ ਵੇਚਣਾ ਬਾਬੇ ਨੇ ਬਈ, 2,95,000 ਮੰਗਿਆ, ਮਾਸ਼ਾਅੱਲਾ ਜੀ। ਲਓ ਜੀ, ਇਹਦੇ ਤੋਂ ਵੀ ਵੱਡਾ ਇੱਕ ਸਰਦਾਰ ਖੜਾ, ਮੰਡੀ ਦਾ ਸਰਦਾਰ ਆ ਗਿਆ ਬਈ। ਲੈ ਬਈ ਸੱਜਣਾ, ਆ ਗਿਆ ਮੰਡੀ ਦਾ ਸਰਦਾਰ। ਕਿੰਨੇ ਪੈਸੇ ਮੰਗੇ ਇਹਦੇ ਬਈ? ਜਵਾਨ ਏ, ਫੁੱਲ ਜਵਾਨ ਏ, 3,70,000 ਰੁਪਈਆ। ਕੋ ਮੁੱਲ ਲੱਗਿਆ ਵੀ ਅੱਜ ਕੋਈ ਨਹੀਂ ਲੱਗਾ ਹੈ? 3,50,000 ਹੈ, 3,70,000 ਫੇਰ ਵਿਕਿਆ ਖੜਾ ਸੀ, ਵੇਚ ਦਿੰਦੇ, ਵੇਚਣਾ ਨਹੀਂ ਹਾਲੇ ਹੈ। ਅੱਛਾ, ਉਹ ਖੜਨੇ ਹੀ ਕੋ ਛੋਟੇ ਕੋ, ਅੱਜ ਬਾਹਰ ਦੇ ਵਪਾਰੀ ਘਾਟੇ, ਨਹੀਂ ਤਾਂ ਲੈ ਜਾਣਾ ਸੀ ਉਹਨਾਂ ਨੇ। ਹਾਂ, ਲਾਗੂ ਕਿ ਨਾ ਆਇਓ ਕਿਤੇ, ਚਲੋ ਸਹੀ। ਆਮਾਨ ਛੋਟੇ ਦਿਖਾਉਂਦੇ ਪਏ, ਨਾ ਗਾਵਾਂ ਨਾ ਮੱਝਾਂ ਨਹੀਂ ਦਿਖਾਉਂਦੇ। ਨਹੀਂ ਨਹੀਂ, ਉਹ ਬਸ ਸਪੈਸ਼ਲ ਵੀਡੀਓ ਬਣਦੀ ਹੈ ਨਾ ਇੱਕ ਸ਼ਾਇਦ ਦੀ, ਵਲਾ ਠੱਗੀਆਂ ਦੀ ਬਣਸੀ, ਸਪੈਸ਼ਲ ਬਣਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਇਹ ਸੁਰਤ ਹਾਲ ਹੈ ਚੌਕ ਆਦਮ ਦੀ ਮੰਡੀ ਦੀ। ਹਾਏ ਸਮਝਾ ਥੋੜੀ ਜਿਹਾ ਸਾਰਾ ਕੁਝ।
ਲਾਲਾ ਕਿੰਨੇ ਦਾ ਬਈ ਝੋਟਾ? ਹੈਂ ਲਿਆ ਮੁੱਲ ਲਿਆ ਕਿੰਨੇ ਦਾ ਲਿਆ? ਚੌਗਾ ਹੈ ਦੁੰਦਾ ਖੀਰਾ ਹੀ ਹੈ ਖੀਰਾ ਹੀ ਡਰਾ ਨਾ ਡਰਾ ਨਾ ਮਾਸ਼ਾਅੱਲਾ ਜੀ ਕਿੰਨੇ ਦਾ ਲਿਆ ਮੁੱਲ? ਮੁੱਲ ਮੈਂ ਕਿੰਨਾ ਮੰਗਿਆ ਸੀ ਉਹਨੇ? 2-10 ਮੰਗਿਆ ਬਈ, 2 ਦਾ ਲਿਆ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ। ਚੱਲ ਬਾ ਡਰ ਨਾ ਜਾਵੇਂ ਲਾਲਾ।